ਵਿਖੇ ਇੱਕ ਮਹਿਲਾ ਸਿਪਾਹੀ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ। ਇਸ ਕਾਰਨਾਮੇ ਨੇ ਖਾਕੀ ਦੀ ਕਾਰਜਸ਼ੈਲੀ ਉੱਪਰ ਵੱਡੇ ਸਵਾਲ ਖੜੇ ਕੀਤੇ। ਰਵਿੰਦਰ ਕੌਰ ਰਵੀ ਨਾਮਕ ਇਸ ਮਹਿਲਾ ਸਿਪਾਹੀ ਨੇ ਆਪਣੇ ਸਾਥੀ ਅਤੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਦੀਪੀ ਨਾਲ ਮਿਲ ਕੇ ਸਾਜ਼ਿਸ਼ ਰਚੀ। ਗਰੀਬ ਵਿਅਕਤੀ ਦੀ ਸਾਈਕਲ ਪੈਂਚਰ ਵਾਲੀ ਦੁਕਾਨ ਉੱਪਰ ਚਾਈਨਾ ਡੋਰ ਨਾਲ ਭਰਿਆ ਥੈਲਾ ਰਖਵਾ ਕੇ ਝੂਠਾ ਕੇਸ ਦਰਜ ਆਇਆ ਗਿਆ। ਜਦੋਂ ਸੀਸੀਟੀਵੀ ਰਾਹੀਂ ਇਸ ਪੂਰੇ ਮਾਮਲੇ ਦੀ ਪੋਲ ਖੁੱਲੀ ਤਾਂ ਐਸਐਸਪੀ ਖੰਨਾ ਨੇ ਸਖਤ ਐਕਸ਼ਨ ਲਿਆ। ਐਸਐਸਪੀ ਅਵਨੀਤ ਕੌਂਡਲ ਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਮਹਿਲਾ ਸਿਪਾਹੀ ਸਮੇਤ ਇਸ ਪੂਰੀ ਸਾਜ਼ਿਸ਼ 'ਚ ਸ਼ਾਮਲ 3 ਜਾਣਿਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ 18 ਜਨਵਰੀ 2023 ਨੂੰ ਖੰਨਾ ਪੁਲਿਸ ਨੇ ਜਸਵੀਰ ਸਿੰਘ ਵਾਸੀ ਪਿੰਡ ਅਰੋੜ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਦੁਕਾਨ 'ਚੋਂ ਚਾਈਨਾ ਡੋਰ ਦੇ 25 ਗੱਟੂ ਬਰਾਮਦ ਕੀਤੇ ਸੀ। ਜਸਵੀਰ ਸਿੰਘ ਨੇ ਇਸ ਮੁਕੱਦਮੇ ਨੂੰ ਝੂਠਾ ਦੱਸਿਆ ਸੀ ਤਾਂ ਇਸ ਦੀ ਉੱਚ ਪੱਧਰੀ ਜਾਂਚ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨੂ ਵਾਸੀ ਮੰਡੀ ਗੋਬਿੰਦਗੜ੍ਹ ਉਸ ਦਿਨ ਸਕੂਟਰੀ ਉੱਪਰ ਸ਼ੱਕੀ ਹਾਲਾਤਾਂ 'ਚ ਘੁੰਮਦਾ ਦੇਖਿਆ ਗਿਆ ਸੀ। ਜਦੋਂ ਮਨੂ ਨੂੰ ਮਾਮਲੇ 'ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸਨੇ ਪੁਲਿਸ ਸਾਹਮਣੇ ਖੁਲਾਸਾ ਕੀਤਾ ਕਿ ਉਸਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ ਅਤੇ ਗੁਰਦੀਪ ਸਿੰਘ ਦੀਪੀ ਦੇ ਕਹਿਣ ਉੱਪਰ ਪਲਾਸਟਿਕ ਡੋਰ ਦਾ ਥੈਲਾ ਜਸਵੀਰ ਸਿੰਘ ਦੀ ਦੁਕਾਨ ਅੰਦਰ ਰੱਖਿਆ ਸੀ ਅਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ। ਪੁਲਿਸ ਨੇ ਹੁਣ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ, ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਅਤੇ ਮਨੂ ਖਿਲਾਫ ਮੁਕੱਦਮਾ ਦਰਜ ਕੀਤਾ। ਮਨੂ ਪੁਲਿਸ ਰਿਮਾਂਡ 'ਤੇ ਹੈ। ਮਹਿਲਾ ਸਿਪਾਹੀ ਅਤੇ ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਦੀ ਭਾਲ ਸ਼ੁਰੂ ਕੀਤੀ ਗਈ ਹੈ। ਜਸਵੀਰ ਸਿੰਘ ਹੈ ਜੀ। ਅਤੇ ਕੀ ਹੋਇਆ ਸੀ ਮਾਮਲਾ ਜਿਹੜਾ ਤੁਹਾਡੇ 'ਤੇ ਪਰਚਾ ਦਰਜ ਕੀਤਾ ਜੀ ਚਾਈਨੀਜ਼ ਡੋਰ ਵਾਲਾ? ਚਾਈਨੀਜ਼ ਡੋਰ ਦਾ ਪਰਚਾ ਜੀ ਆਪਣਾ ਗੁਰਦੀਪ ਦੀਪੀ ਹੈ ਜੀ, ਮੇਰੇ ਪਿੰਡ ਦਾ ਮੁੰਡਾ ਜੀ, ਪੰਚ ਵੀ ਆ ਉਹ। ਸਾਡਾ ਕੋਈ ਪੈਸਾ ਦੇ ਲੈਣਾ ਸੀਗਾ, ਜਦੋਂ ਪੈਸੇ ਲੈਣ ਗਏ ਉਹਨਾਂ ਦੇ ਘਰ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ। ਮੇਰੇ ਨਾਲ ਕੁੱਟਮਾਰ ਕੀਤੀ, ਵੀ ਕੁੱਟਮਾਰ ਕੀਤੀ। ਮੈਂ ਉਹਦੀ ਦਰਖਾਸਤ ਥਾਣਾ ਸਦਰ ਦਿੱਤੀ ਜੀ, ਜਿਹਨਾਂ ਦੀ ਇਨਕੁਆਇਰੀ ਡਿਪਟੀ ਸਾਹਿਬ ਆਪਣੇ ਕਨੈਲ ਸਾਹਿਬ ਚੱਲ ਰਹੀ ਹੈ। ਵੀ ਇਹ ਮੈਨੂੰ ਧਮਕੀਆਂ ਦੇ ਰਿਹਾ ਸੀ, ਜਿਹੜੇ ਗਲਤ ਅੰਸਰ ਨੇ ਪਿੰਡ ਦੇ ਹੋਰ ਵੀ ਨਾਲ ਦੇ ਬੰਦੇ ਰਲੇ ਮਿਲੇ ਨੇ ਜੀ, ਵੀ ਇਹ ਪਰਚਾ ਵਾਪਸ ਲੈ ਲਾ। ਮੈਂ ਪਰਚਾ ਨਹੀਂ ਵਾਪਸ ਲਿਆ ਜੀ, ਇਹਨਾਂ ਚਾਈਨਾ ਡੋਰ ਦੀ ਗੇਮ ਕਰਕੇ, ਰਾਵੀ ਮੈਡਮ ਨਾਲ ਸਾਰਿਆਂ ਨਾਲ ਕਰਕੇ ਮੇਰੇ ਨਾਲ ਵੀ ਮੇਰੇ 'ਤੇ ਪਰਚਾ ਕਰਾਇਆ ਗਿਆ ਡੋਰ ਦਾ ਜੀ। ਇਹ ਕਹਿੰਦੇ ਪਹਿਲਾਂ ਡੋਰ ਦਾ ਪਰਚਾ ਹੀ ਕਰਾਇਆ, ਜੇ ਨਾ ਵਾਪਸ ਲਿਆ ਹਾਲੇ ਵੀ ਫਿਰ ਤਾਂ ਕੋਈ ਵੱਡਾ ਪਰਚਾ ਪਾ ਕੇ ਤੁਹਾਨੂੰ ਜੇਲ੍ਹ ਭੇਜਾਂਗੇ। ਅਤੇ ਫਿਰ ਹੁਣ ਤੁਸੀਂ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਇਨਸਾਨ ਮਿਲੇ ਜਾਂ ਕਿਸੇ ਕੋਲ ਗਏ ਸੀ? ਹਾਂਜੀ, ਆਪਾਂ DSP ਸਾਹਿਬ ਮੈਡਮ ਕੋਲ ਗਏ ਸੀ ਜੀ ਕੱਲ੍ਹ ਜੀ, ਆਪਣਾ ਪ੍ਰਿਕਾ ਜੈ ਮੈਡਮ ਕੋਲ ਗਿਆ ਸੀਗਾ ਜੀ। ਵੀ ਉਹਨਾਂ ਨੇ ਮੈਨੂੰ ਬਹੁਤ ਵਧੀਆ ਜੀ, ਗਰੀਬ ਬੰਦੇ ਨੂੰ ਸਾਫ਼ ਦਵਾਇਆ ਜੀ, ਉਹਨਾਂ ਦਾ ਬਹੁਤ ਬਹੁਤ ਕੋਲ ਕੋਲ ਧੰਨਵਾਦ ਕਰਦਾ ਜੀ ਮੈਂ। ਹੁਣ ਇੱਕ ਮਹਿਲਾ ਜਿਹੜੀ ਪੁਲਿਸ ਸਿਪਾਹੀ ਹੈ ਅਤੇ ਦੀਪੀ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ, ਹਾਂਜੀ, ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ? ਤਾਂ ਜਿਵੇਂ ਉਹਨਾਂ ਦਾ ਸਾਥੀ ਪਾ, ਵੀ ਸਾਥੀ ਆ ਉਹ, ਵੀ ਉਹਨਾਂ ਸਾਥੀ ਹੋਇਆ ਇੱਥੇ, ਦੇਖੇ ਨੇ ਕਈ ਵਾਰ ਗੱਡੀ 'ਚ ਆਮ ਇਕੱਠੇ ਘੁੰਮਦੇ। ਵੀ ਮੰਨ ਲਓ ਕਿ ਇਹਨਾਂ ਦਾ ਹੈ ਨਹੀਂ ਆਪਣੇ ਕਿਵੇਂ ਲੱਗੇ ਨਾ ਕਿ ਮੂਵੀ ਬਣਾ ਸਕੀਏ ਕਿਸੇ ਦੀ, ਠੀਕ ਹੈ ਜੀ। ਵੀ ਮੰਨ ਲੈਣਾ ਮਿਲੀ ਭੁਗਤ ਦੋਨਾਂ ਦੀ, ਵੀ ਇਹ 'ਚ ਜਿਹੜੇ ਕਈ ਬੰਦੇ ਹੋਰ ਵੀ ਰਹਿ ਗਏ ਵੀ ਉਹ ਵੀ ਪਾਏ ਜਾਣ, ਮੈਂ ਬਹੁਤ ਧੰਨਵਾਦੀ ਹੋਵਾਂਗਾ ਜੀ ਉਹਨਾਂ ਦੇ। ਜਦੋਂ ਤੁਹਾਡੇ 'ਤੇ ਪਰਚਾ ਦਰਜ ਕੀਤਾ, ਤੁਹਾਨੂੰ ਜੇਲ੍ਹ ਵੀ ਭੇਜਿਆ ਸੀ? ਹਾਂਜੀ, ਮੈਂ 10 ਦਿਨ ਜੇਲ੍ਹ ਰਹਿ ਕੇ ਆਇਆ ਜੀ, ਤਿੰਨ ਦਿਨ ਥਾਣੇ ਰੱਖਿਆ ਜੀ ਮੈਨੂੰ, ਇੱਕ ਹਫ਼ਤਾ ਜੇਲ੍ਹ ਰਹਿ ਕੇ ਆਇਆ ਜੀ ਮੈਂ। ਪਿੱਛੋਂ ਫਿਰ ਫੈਮਲੀ ਦੇ ਵਿੱਚ ਕਿੱਦਾਂ ਚੱਲ ਰਿਹਾ? ਫੈਮਲੀ ਦਾ ਬਹੁਤ ਬੁਰਾ ਹਾਲ ਸੀ, ਮੇਰਾ ਬੇਟਾ ਜੀ 13 ਸਾਲ ਦਾ, ਇੱਕ ਮੇਰੀ ਜਿਹੜੀ ਬੇਟੀ ਹੈ ਉਸ ਟਾਈਮ ਪ੍ਰੈਗਨੈਂਟ ਸੀਗੀ, ਵੀ ਬਹੁਤ ਔਖਾ ਦੌਰ ਨਿਕਲਿਆ ਉਸ ਟਾਈਮ ਜੀ। ਅਤੇ ਹੁਣ ਤੁਹਾਨੂੰ ਕਿੱਦਾਂ ਲੱਗ ਰਿਹਾ ਵੀ ਹੁਣ ਜਿਹੜਾ ਮੈਨੂੰ ਸਾਫ਼ ਦਵਾਇਆ ਜੀ ਮੈਡਮ ਸਾਹਿਬ ਨੇ, ਬਹੁਤ ਵਧੀਆ ਲੱਗਦਾ ਜੀ ਹੁੰਦਾ ਜੀ। ਇਸ ਸੰਬੰਧੀ DSP ਕਰਨੈਲ ਸਿੰਘ ਨੇ ਦੱਸਿਆ ਕਿ ਮੁਕੱਦਮਾ ਤਫਤੀਸ਼ ਦੌਰਾਨ ਸਾਰੀ ਸੱਚਾਈ ਸਾਹਮਣੇ ਆਈ। ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ, ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਅਤੇ ਮਨੂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਮਨੂ ਪੁਲਿਸ ਰਿਮਾਂਡ 'ਤੇ ਹੈ। ਮਹਿਲਾ ਸਿਪਾਹੀ ਅਤੇ ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਦੀ ਭਾਲ ਜਾਰੀ ਹੈ। ਜਸਵੀਰ ਸਿੰਘ ਪੁੱਤਰ ਲਾਲ ਸਿੰਘ, ਪਿੰਡ ਅਲੌੜ ਤਹਿਸੀਲ ਖੰਨਾ ਵਿਖੇ, ਜੋ ਕਿ 18/1/23 ਨੂੰ FIR ਨੰਬਰ 9, ਜੋ ਕਿ ਚਾਈਨਾ ਰਿਲੇਟਡ ਜਿਹੜਾ ਆ ਡੋਰ ਦੇ ਮੁਕੱਦਮਾ ਦਰਜ ਕੀਤਾ ਗਿਆ ਸੀ। ਦੌਰਾਨੇ ਤਫਤੀਸ਼ ਮਨੂ ਸ਼ਰਮਾ ਉਰਫ ਚੰਦਰ ਸ਼ਰਮਾ ਵਾਸੀ ਮੰਡੀ ਗੋਬਿੰਦਗੜ੍ਹ, ਜੋ ਕਿ ਉਸ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ। ਚੰਦਰ ਸ਼ਰਮਾ ਦੀ ਪੁੱਛਗਿੱਛ ਤੋਂ ਗੁਰਦੀਪ ਸਿੰਘ ਉਰਫ ਦੀਪੀ, ਪੁੱਤਰ ਸ਼ਮਸ਼ੇਰ ਸਿੰਘ, ਪਿੰਡ ਵਾਸੀ ਅਲੌੜ, ਅਤੇ ਮਹਿਲਾ ਸਿਪਾਹੀ ਰਵਿੰਦਰ ਕੌਰ, ਜਿਸ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਰਵਾਨਾ ਕੀਤਾ ਗਿਆ। ਮੁਕੱਦਮਾ ਤਫਤੀਸ਼ ਜਾਰੀ ਹੈ।